ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਪਹੁੰਚੇ ਹੋਏ ਸੀ ਰਾਤ ਦੇ ਸਿਲੀਗੁੜੀ। ਤਾਂ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਆਪਾਂ ਰੁਕੇ ਸੀ, ਬਹੁਤ ਹੀ ਆਲੀਸ਼ਾਨ ਗੁਰਦੁਆਰਾ ਹੈ। ਤਾਂ ਇਹ ਮੇਨ ਗੇਟ ਹੈ ਗੁਰਦੁਆਰਾ ਸਾਹਿਬ ਦਾ, ਸਾਹਮਣੇ ਬਾਜ਼ਾਰ ਹੈ। ਤਾਂ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਚਾਰੇ ਪਾਸੇ। ਆਹ ਦੇਖੋ ਕਿੰਨੀ ਸੋਹਣੀ ਫਲਾਵਰਿੰਗ ਕੀਤੀ ਹੋਈ ਹੈ, ਅਤੇ ਬਹੁਤ ਹੀ ਖੂਬਸੂਰਤ ਔਰ ਸਫਾਈ ਦਾ ਵਿਸ਼ੇਸ਼ ਧਿਆਨ ਖਾਸ ਕਰਕੇ ਰੱਖੇ ਹੋਏ ਨੇ, ਮੁਲਾਜ਼ਮ ਰੱਖੇ ਹੋਏ ਨੇ। ਹੈ ਤਾਂ ਇਹ ਸਿੰਘ ਸਭਾ ਦਾ ਗੁਰਦੁਆਰਾ, ਪਰ ਪ੍ਰਬੰਧ ਇੱਕ ਨੰਬਰ ਹੈ, ਬਹੁਤ ਸੋਹਣਾ ਪ੍ਰਬੰਧ ਹੈ। ਇਹ ਸ਼ਾਇਦ ਸਿਲੀਗੁੜੀ ਇਹ ਦੋਸਤੋ, ਮੈਂ ਕੱਲ੍ਹ ਦੇ ਬਾਜ਼ਾਰ ਵੇਖੇ, ਬਹੁਤ ਖੂਬਸੂਰਤ ਬਾਜ਼ਾਰ ਨੇ, ਬਹੁਤ ਹੀ ਖੂਬਸੂਰਤ, ਬਹੁਤ ਪੁਰਾਣਾ ਸ਼ਹਿਰ ਹੈ। ਸ਼ਾਇਦ ਕਲਕੱਤੇ ਦੇ ਨਾਲ ਹੀ ਵਸਿਆ ਹੋਇਆ। ਜਦੋਂ ਈਸਟ ਇੰਡੀਆ ਕੰਪਨੀ ਕਹਿੰਦੇ ਅੰਗਰੇਜ਼ਾਂ ਨੇ ਆ ਕੇ ਕਲਕੱਤੇ ਨੂੰ ਰਾਜਧਾਨੀ ਬਣਾਇਆ, ਤਾਂ ਉਸ ਤੋਂ ਬਾਅਦ ਉੱਥੇ ਕਹਿੰਦੇ ਥੋੜ੍ਹਾ ਜਿਹਾ ਨਾ ਕੋਈ ਵਧੀਆ ਜਿਹਾ ਮਾਹੌਲ ਨਹੀਂ ਸੀਗਾ, ਗਰਮੀ ਜ਼ਿਆਦਾ ਸੀ। ਤਾਂ ਉੱਥੋਂ ਫਿਰ ਆ ਕੇ ਕੁਛ ਅੰਗਰੇਜ਼ਾਂ ਨੇ ਜਿਹੜੇ ਹੋਣਗੇ, ਇਹਨਾਂ ਆ ਕੇ ਇੱਥੇ ਸਿਲੀਗੁੜੀ ਨੂੰ ਚੁਣਿਆ। ਇੱਥੇ ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਸੀ, ਤਾਂ ਥੋੜ੍ਹੀ ਠੰਡਕ ਮਹਿਸੂਸ ਹੁੰਦੀ ਸੀਗੀ ਇੱਥੇ। ਤਾਂ ਕਰਕੇ ਜ਼ਿਆਦਾ ਸਿਲੀਗੁੜੀ ਨੂੰ ਉਹਨਾਂ ਨੇ ਵਧੀਆ ਮੰਨ ਕੇ ਇੱਥੇ ਜ਼ਿਆਦਾ ਉਹਨਾਂ ਨੇ ਆਪਦੀਆਂ ਰਹਿਸ਼ਾਂ ਕੀਤੀਆਂ। ਤਾਂ ਰਾਜਧਾਨੀ ਭਾਵੇਂ ਕਲਕੱਤੇ ਹੀ ਰਿਹਾ, ਪਰ ਜ਼ਿਆਦਾਤਰ ਠਹਿਰ ਇਹਨਾਂ ਦੀ ਇਹ ਸਿਲੀਗੁੜੀ ਬਣੀ ਰਹੀ। ਤਾਂ ਹੀ ਕਰਕੇ ਇਹ ਵੀ ਕਲਕੱਤੇ ਵਾਂਗੂ ਬਹੁਤ ਹੀ ਵੱਡਾ ਸ਼ਹਿਰ ਹੈ, ਤਾਂ ਸਾਫ਼ ਸੁਥਰਾ ਹੈ, ਖੂਬਸੂਰਤ ਹੈ, ਚਾਰੇ ਪਾਸੇ ਹਰਿਆਵਲ ਹੈ। ਤਾਂ ਹੋ ਸਕਦਾ ਠੰਡ ਹੋਵੇ, ਕਿਉਂਕਿ ਉੱਪਰ ਵੀ ਸਾਰਾ ਪਹਾੜੀ ਏਰੀਆ ਪੈ ਗਿਆ। ਤਾਂ ਠੀਕ ਹੈ ਦੋਸਤੋ, ਚੱਲਦੇ ਹਾਂ ਅੱਗੇ ਆਪਾਂ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਗੈਂਗਟੋਕ ਲਈ। ਕੁਦਰਤ ਕੀ ਰੰਗ ਲਿਆਉਂਦੀ ਹੈ ਵੇਖਦੇ ਹਾਂ। ਦੋਸਤੋ ਗੱਡੀਆਂ ਵੀ ਮਸਾਂ ਚੜ੍ਹਦੀਆਂ, ਇੰਨੀ ਜ਼ਬਰਦਸਤ ਚੜ੍ਹਾਈ ਹੈ। ਆਹ ਥੱਲੇ ਝੀਲ ਬਣੀ ਹੋਈ ਹੈ, ਉੱਪਰੋਂ ਪਾਣੀ ਵਹਿ ਵਹਿ ਕੇ, ਅਤੇ ਆ ਦੇਖੋ ਛੋਟੀਆਂ ਚੜ੍ਹਾਈਆਂ, ਉਹ ਉੱਪਰ ਧੁੰਦੀ ਧੁੰਦ ਛਾ ਗਈ ਹੈ। ਤਾਂ ਮੈਂ ਹੈਰਾਨ ਹਾਂ, ਐਡੀਆਂ ਲੰਬੀਆਂ ਉੱਚੀਆਂ ਪਹਾੜੀਆਂ ਤਾਂ ਮੈਂ ਦੇਖੀਆਂ ਹੀ ਨਹੀਂ ਸੀ ਅੱਜ ਤੱਕ। ਤਾਂ ਅਜੇ ਉੱਪਰ ਜਾ ਕੇ ਪਤਾ ਨਹੀਂ ਕੀ ਹਾਲ ਹੋਊਗਾ। ਅਜੇ ਤਾਂ ਆਪਾਂ ਰਾਹਾਂ 'ਚ ਹੀ ਫਿਰਦੇ ਹਾਂ ਸਿੱਕਮ ਦੇ, ਮਿੰਟਾਂ 'ਚ ਧੁੰਦ ਛਾ ਜਾਂਦੀ ਹੈ, ਮਿੰਟਾਂ 'ਚ ਹੀ ਕਲੀਅਰ ਹੋ ਜਾਂਦਾ। ਚਲੋ ਚੱਲਦੇ ਹਾਂ ਅੱਗੇ। ਦੋਸਤੋ ਇੱਥੇ ਨਾ ਝੀਲਾਂ ਦਾ ਪਾਣੀ ਜਿਹੜਾ ਇਕੱਠਾ ਹੁੰਦਾ ਹੈ, ਉਹ ਪਾਣੀ ਇਕੱਠਾ ਕਰਕੇ ਸ਼ਾਇਦ ਬਿਜਲੀ ਪਲਾਂਟ ਲੱਗਿਆ ਹੋਇਆ, ਇੱਥੇ ਬਿਜਲੀ ਬਣਾਈ ਜਾਂਦੀ ਹੈ। ਜਿਹੜਾ ਉੱਪਰੋਂ ਪਾਣੀ ਰੋੜਦਾ ਰੋੜਦਾ, ਦੇਖੋ ਅੰਬਰਾਂ ਨੂੰ ਛੋਹਦੀਆਂ ਜਿਹੜੀਆਂ ਉਚਾਈਆਂ ਤੋਂ ਪਾਣੀ ਇਕੱਠਾ ਹੋ ਕੇ ਆਹ ਥੱਲੇ ਝੀਲ 'ਚ ਡਿੱਗਦਾ ਹੈ, ਆਹ ਦੇਖੋ। ਤਾਂ ਇੱਥੇ ਉਹ ਦੇਖੋ ਪਾਣੀ ਇਕੱਠਾ ਹੋ ਜਾਂਦਾ, ਉੱਥੇ ਉਹ ਲੱਗਿਆ ਹੋਇਆ ਪਲਾਂਟ ਬਿਜਲੀ ਬਣਾਉਣ ਵਾਲਾ। ਅਤੇ ਆਹ ਅੱਗੇ ਪਿੱਛੇ ਦਾ ਨਜ਼ਾਰਾ ਹੈ, ਆਹ ਬ੍ਰਿਜ ਹੈ ਜੀ 'ਤੇ ਮੈਂ ਖੜ੍ਹਾ। ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਪਹੁੰਚੇ ਹੋਏ ਹਾਂ ਸਿੱਕਮ। ਬੜੀਆਂ ਮੁਸ਼ਕਲਾਂ ਸਹਿਣੀਆਂ ਪਈਆਂ ਅੱਜ, ਤਾਂ ਚੜ੍ਹਾਈਆਂ ਸੀਗੀਆਂ ਰੱਬ ਨੂੰ ਛੂਹਦੀਆਂ, ਫਿਰ ਵੀ ਜ਼ਿੰਦਗੀ ਜਿੰਦਾਬਾਦ ਹੈ। ਤਾਂ ਅੱਗੇ ਆ ਕੇ ਬਾਰਡਰ 'ਤੇ ਥੋੜ੍ਹਾ ਜਿਹਾ ਪਰੇਸ਼ਾਨ ਕੀਤਾ, ਕਹਿੰਦੇ ਤੁਹਾਡੇ ਆਪਣਾ ਤੁਰੰਤ ਟੈਸਟ ਕਰਵਾਓ ਇੱਕ ਕਰੋਨਾ ਦਾ। ਤਾਂ ਆਪਣੇ ਕੋਲ ਤਾਂ ਪਿਛਲੇ ਡੋਜ਼ ਲੱਗੀਆਂ ਹੋਈਆਂ ਸੀਗੀਆਂ ਦੋਨੇ, ਫਿਰ ਵੀ ਕਰਾਉਣਾ ਪਿਆ। ਤਾਂ ਪੁਲਿਸ ਵਾਲਿਆਂ ਨੇ ਆ ਕੇ ਭੱਜ ਕੇ ਮਦਦ ਕੀਤੀ, ਸਾਈਕਲ ਦੇਖ ਕੇ, ਬੋਰਡ ਦੇਖ ਕੇ, ਤਾਂ ਭੱਜ ਕੇ ਆ ਕੇ ਖੜ੍ਹ ਗਏ ਸਾਰੇ, ਕਹਿੰਦੇ ਫਟਾਫਟ ਮੇਰਾ ਕੰਮ ਕਰਵਾ ਕੇ। ਤਾਂ ਮੈਂ ਉਹ ਕਹਿੰਦੇ ਵੀ ਅਗਰ ਤੁਸੀਂ ਨੈਗੇਟਿਵ ਹੋ ਤਾਂ ਤੁਹਾਨੂੰ ਵਾਪਸ ਜਾਣਾ ਪਊਗਾ, ਪਰ ਆਪਾਂ ਘੈਂਟ ਸੀਗੇ ਤਾਂ ਫਟਾਫਟ ਸਿੱਕਮ 'ਚ ਦਾਖਲ ਹੋਏ ਹਾਂ। ਤਾਂ ਬਾਰਿਸ਼ ਹੋਈ ਜਾਂਦੀ ਹੈ ਮਿੱਤਰੋ, ਇੰਨੀ ਬਾਰਿਸ਼ ਹੋ ਰਹੀ ਹੈ ਕਿ ਮੈਨੂੰ ਕਿੰਨੀਆਂ ਤਕਲੀਫਾਂ ਸਹਿਣੀਆਂ ਪਈਆਂ। ਜ਼ਿੰਦਗੀ ਦਾ ਪਹਿਲਾ ਮੌਕਾ ਹੈ ਕਿ ਮੈਨੂੰ ਇੰਨੀਆਂ ਤਕਲੀਫਾਂ ਸਹਿਣੀਆਂ ਪਈਆਂ, ਬਹੁਤ ਜ਼ਿਆਦਾ ਬਾਰਿਸ਼ ਸੀ ਰਸਤੇ ਦੇ ਵਿੱਚ। ਤਾਂ ਮੈਂ ਭਾਲ ਰਿਹਾ ਸੀਗਾ ਵੀ ਜੇ ਬਿੱਲੇ ਵਾਂਗੂ ਕਿਤੇ ਉੱਧਰ ਕਿਤੇ ਉੱਧਰ, ਤਾਂ ਇੱਕ ਰੈਸਟੋਰੈਂਟ ਦੇ ਮਾਲਕ ਆਏ ਭੱਜ ਕੇ ਮੇਰਾ ਸਾਈਕਲ ਦੇਖ ਕੇ। ਤਾਂ ਦੋਸਤੋ ਮੈਂ ਰੱਬ ਨੂੰ ਨਹੀਂ ਮੰਨਦਾ, ਰੱਬ ਨਾਲ ਮੇਰੀ ਬਣੀ ਨਹੀਂ ਅੱਜ ਤੱਕ, ਨਾ ਮੈਂ ਰੱਬ ਨੂੰ ਮੰਨਾਂ, ਪਰ ਅੱਜ ਪਤਾ ਲੱਗਿਆ ਕਿ ਰੱਬ ਜਿਉਂਦਾ, ਰੱਬ ਹੈਗਾ। ਮੈਂ ਉਹਨਾਂ ਰੱਬ ਵਰਗੇ ਬੰਦੇ ਨਾਲ ਤੁਹਾਡੀ ਗੱਲ ਕਰਵਾ ਰਿਹਾ। ਇਹ ਨੇ ਮੇਰੇ ਮਿੱਤਰ, ਇਹ ਹੈ ਰੱਬ, ਇਹ ਭਗਵਾਨ ਜੈਸਾ ਆਦਮੀ। ਹਾਂਜੀ ਵੀਰੋ, ਇਹ ਹੈ ਭਗਵਾਨ ਵਰਗਾ ਬੰਦਾ ਜਿਹਨੇ ਮੈਨੂੰ ਭੱਜ ਕੇ ਆ ਕੇ ਮੇਰੇ ਸਾਈਕਲ ਨੂੰ ਆਪਦੇ ਹੱਥੀਂ ਚੱਕ ਕੇ ਅੰਦਰ ਕੀਤਾ, ਤਾਂ ਮੈਨੂੰ ਅੰਦਰ ਆਪਦੇ ਰੈਸਟੋਰੈਂਟ ਦੇ ਵਿੱਚ ਲੈ ਗਿਆ। ਤਾਂ ਇੰਨਾ ਪਿਆਰ ਦਿੱਤਾ, ਕਮਰਾ ਬੁੱਕ ਕਰਤਾ ਉੱਪਰ, ਉਹ ਮੈਂ ਤੁਹਾਨੂੰ ਕਮਰਾ ਵੀ ਵਿਖਾਊਂਗਾ। ਕਿਆ ਬਾਤ ਹੈ ਯਾਰ, ਇੰਨਾ ਪਿਆਰ, ਇੰਨਾ ਸਤਿਕਾਰ, ਉਹ ਸਲੂਟ ਹੈ ਯਾਰ ਸਿੱਕਮ ਦੇ ਲੋਕਾਂ ਨੂੰ।
ऑल ओवर इंडिया आई विल सेंड इट बाय माय हार्ट इस वन गाइस इस ओनली वन गाइस व्हिच रिप्रेजेंटेड इंडिया एंड ही इज वन ऑफ द हार्ट ऑफ आवर इंडिया एंड ही इज बीइंग वेरी गुड फॉर अस ओह थैंक यू उतराइया चढ़ाइया चढ़दा लहदा चढ़दा चढ़दा वकार लाया जिंदगी का पहला वकार अज मैं पहुंचा हुआ इतने 100 किलोमीटर कट के उतराइया चढ़ाइया सिक्किम दे विच सिलीगुड़ी का माउंटेन।